ਅਸਲਾਮ ਵਾਲੇਕੁਮ ਜੀ ਦੋਸਤੋ, ਵਕਾਰ ਤਰੀਨ ਵਲਾਗ 'ਚ ਇੱਕ ਦਫ਼ਾ ਫਿਰ ਤੁਹਾਨੂੰ ਖੁਸ਼ ਆਮਦੀਦ। ਸੱਜਣੋ, ਅੱਜ ਅਸੀਂ ਗੱਲ ਕਰਾਂਗੇ ਲਹਿੰਦੇ ਪੰਜਾਬ ਦੇ ਵਿੱਚ ਕਣਕ ਦੇ ਰੇਟ। ਅਤੇ ਤੁਸੀਂ ਇੱਕ ਪਿਛਲਾ ਵਲਾਗ ਵੇਖਿਆ ਹੈਗਾ, ਅਸੀਂ ਮੰਡੀ ਦੇ ਵਿੱਚ ਕੀਤਾ ਸੀ, ਉਹਦੇ ਵਿੱਚ ਤੁਸੀਂ ਜਿਹੜੇ ਆੜ੍ਹਤੀ ਨੇ ਉਹਨਾਂ ਦਾ ਵੀ ਰੱਦੇ ਅਮਲ ਵੇਖ ਲਿਆ ਹੈਗਾ, ਜਿਹੜੇ ਸਦਰ ਸਾਹਿਬ ਸਨ ਉਹਨਾਂ ਨੇ ਵੀ ਗੁਫ਼ਤਗੂ ਉਹਦੇ ਵਿੱਚ ਕੀਤੀ। ਅੱਜ ਅਸੀਂ ਉਹਦੇ ਬਾਰੇ ਗੱਲ ਕਰਾਂਗੇ, ਇੱਕ ਤਾਂ ਹਕੂਮਤ ਦੇ ਜਿਹੜੇ ਇਸ ਵਕਤ ਇਕਦਾਮ ਆਦਿ ਨੇ ਅਤੇ ਆਵਾਮ ਦਾ ਕੀ ਰੱਦੇ ਅਮਲ ਹੈ। ਹੁਣ ਇਸ ਵਕਤ ਜਿਹੜਾ ਇਹਨਾਂ ਕੋਲ ਮਿਲਿਆ ਜੁਲਿਆ ਜਿਹਾ ਰੁਝਾਨ ਚੱਲਣ ਡਿਆ, ਸਾਡੇ ਇੱਕ ਮੁਲਕ ਦੇ ਵਿੱਚ ਅਜੀਬ ਜੀ ਇੱਕ ਲਹਿਰ ਪਾਈ ਜਾਂਦੀ ਹੈ ਕਿ ਜਿਹੜਾ ਬੰਦਾ ਜਿਸ ਪਾਰਟੀ ਨਾਲ ਮੁਨਸਲਿਕ ਹੈ ਨਾ, ਉਹਦੀ ਉਹਨੂੰ ਸਾਰੀਆਂ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਅਤੇ ਹਰ ਗੱਲ ਦੀ ਉਹਦੇ ਕੋਲ ਜਿਹੜਾ ਨਾ ਜਵਾਬ ਹੋਏਗਾ। ਹੁਣ ਨੂਨ ਲੀਗ ਦੀ ਗੌਰਮੈਂਟ ਹੈ, ਰੇਟ ਵੱਧ ਗਏ ਨੇ, ਘੱਟ ਗਏ ਨੇ, ਹੁਣ ਨੂਨ ਲੀਗ ਦੇ ਬੰਦਿਆਂ ਨੂੰ ਤੁਸੀਂ ਮਿਲੋਗੇ ਉਹਨਾਂ ਕੋਲ ਢੇਰ ਤਾਵੀਲਾਂ ਨੇ ਇਹਦੀਆਂ। ਅੱਛਾ, ਜਿਹੜੇ ਗੁਜ਼ਰ ਗਿਆ PTI ਦਾ ਦੌਰ, ਉਹਨਾਂ ਨੂੰ ਤੁਸੀਂ ਮਿਲੋਗੇ ਅਤੇ ਉਹਨਾਂ ਉਹ ਆਖਣਗੇ ਕਿ ਅਸੀਂ ਸਹੀ ਸਾਂ ਅਤੇ ਇਹ ਗਲਤ ਨੇ। ਹੁਣ ਗੱਲ ਹੈ ਵੀ ਕਿ ਇਸ ਵਕਤ ਜਿਹੜਾ ਕਿਸਾਨ ਉਹ ਵੱਖਰਾ ਰੋਂਦਾ ਪਿਆ ਅਤੇ ਜਿਹੜੇ ਆੜ੍ਹਤੀ ਨੇ ਉਹ ਵੱਖਰੇ ਰੋਂਦੇ ਨੇ ਪਏ, ਅਤੇ ਆਵਾਮ ਜਿਹੜੀ ਹੈ ਉਹ ਵੀ ਰੋਂਦੀ ਹੈ ਪਈ, ਕਿਉਂਕਿ ਜੋ ਜਿਸ ਰੇਟ ਦੇ ਉੱਤੇ ਮੰਡੀ ਦੇ ਵਿੱਚ ਕਣਕ ਖਰੀਦੀ ਜਾ ਰਹੀ ਹੈ 3000 ਤੋਂ, 2900 ਤੋਂ, 3100 ਤੋਂ ਉਹ ਖਰੀਦੀ ਜਾਣ ਰਹੀ ਹੈ, ਲੇਕਿਨ ਜਿਹੜੇ ਕਿ ਆਵਾਮ ਨੂੰ ਮਿਲਦੀ ਹੈ ਪਈ ਉਹ 3600, 3800, 4000 ਨੂੰ ਮਿਲਦੀ ਹੈ ਪਈ ਮਨ 40 ਕਿਲੋ। ਅੱਛਾ, ਦੂਸਰੇ ਪਾਸੇ ਆਵੇ ਕਿ ਰੇਟ ਕਿਸਾਨ ਨੂੰ ਕਿਉਂ ਘੱਟ ਮਿਲਦਾ ਪਿਆ। ਮੰਡੀ ਦਾ ਜਿਹੜਾ ਵਿਲਾਗ ਤੁਸੀਂ ਇਸ ਤੋਂ ਪਹਿਲਾਂ ਵੇਖਿਆ, ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਯਾਰ ਕੀ ਉਹ ਸਾਡੇ ਕੋਲ ਖਰੀਦਣ ਹੀ ਨਹੀਂ ਆਉਂਦੇ। ਪਿਛਲੀ ਦਫ਼ਾ ਜਾਂ ਉਸ ਤੋਂ ਪਿਛਲੀ ਦਫ਼ਾ ਉਹ ਆ ਕੇ ਧੱਕੇ ਨਾਲ ਬਾਰਦਾਨਾ ਸੱਟ ਦਿੰਦੇ ਹੁੰਦੇ ਸਨ ਕਿ ਭਾਈ ਸਾਨੂੰ ਸਵੇਰੇ ਇੰਨੀ ਕਣਕ ਚਾਹੀਦੀ ਹੈ, ਖਰੀਦਦਾਰੀ ਕਰੋ ਤੁਸੀਂ। ਲੇਕਿਨ ਹੁਣ ਐਰ ਕੀ ਉਹਨਾਂ ਨੇ ਆਉਂਦੇ ਨੇ, ਵਿਜ਼ਿਟ ਕਰਦੇ ਨੇ, ਲੇਕਿਨ ਉਹਨਾਂ ਨੇ ਬਾਰਦਾਨਾ ਹੀ ਨਹੀਂ ਇਸ਼ੂ ਕੀਤਾ ਕਿ ਗੌਰਮੈਂਟ ਖਰੀਦ ਹੀ ਨਹੀਂ ਰਹੀ ਕਣਕ। ਉਹਦੀ ਵਜ੍ਹਾ ਕੀ ਹੈ ਕਿ ਗੌਰਮੈਂਟ ਕੋਲ ਆਲਰੇਡੀ ਗੌਰਮੈਂਟ ਦੇ ਬਕੋਲ ਕਿ ਪਿਛਲੀ ਗੌਰਮੈਂਟ ਨੇ ਜਿਹੜਾ ਐਗਰੀਮੈਂਟ ਕੀਤਾ, ਉਹਨਾਂ ਨੇ ਜਿੰਨੀ ਜ਼ਰੂਰਤ ਸੀ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਮੱਦੇਨਜ਼ਰ ਰੱਖਿਆ ਹੀ ਨਹੀਂ ਕਿ 2 ਮਹੀਨਿਆਂ 'ਚ 3 ਮਹੀਨਿਆਂ 'ਚ ਸਾਡੀ ਆਪਣੀ ਫਸਲ ਆਉਣ ਵਾਲੀ ਹੈ, ਅਤੇ ਉਹਨਾਂ ਨੇ ਇੰਨੀ ਕਣਕ ਜਿਹੜੀ ਹੈ ਕਣਕ ਉਹ ਬਾਹਰੋਂ ਮੰਗਾ ਲਈ ਕਿ ਹੁਣ ਉਹਨਾਂ ਨੂੰ ਖਰੀਦਣ ਦੀ ਜ਼ਰੂਰਤ ਹੀ ਕੋਈ ਨਹੀਂ। ਹੁਣ ਆਵਾਮ ਇਹ ਕਹਿੰਦੀ ਹੈ ਭਾਈ, ਜਿਹੜੇ ਹਮਾਇਤੀ ਨੇ ਉਹ ਇਹ ਕਹਿੰਦੇ ਨੇ ਕਿ ਭਾਈ ਜਿਹੜਾ ਕਿਸਾਨ ਹੈ, ਜਦੋਂ ਉਸ ਵਕਤ ਰੇਟ 4500 ਨੂੰ 5000 ਨੂੰ ਵਿਕਿਆ, ਉਸ ਵਕਤ ਕਿਸਾਨ ਬੜਾ ਖੁਸ਼ ਸੀ ਜਦੋਂ ਆਵਾਮ ਮਰਦੀ ਸੀ ਭਾਈ। ਹੁਣ ਕਿਸਾਨ ਜਿਹੜੀ ਹੈ ਉਹ 3000 ਨੂੰ 2800 ਨੂੰ ਜਾਣ ਡਈ, ਹੁਣ ਕਿਸਾਨ ਪਿੱਟਦਾ ਪਿਆ। ਅਤੇ ਲੇਕਿਨ ਹਕੀਕਤ ਗੱਲ ਹੈ ਵੇ ਕਿ ਕੰਮ ਉਹ ਵੀ ਗਲਤ ਸੀ ਕਿ ਜਦੋਂ 4500 5000 ਰੁਪਏ ਕਿਸਾਨ ਦੀ ਵਿਕਦੀ ਸੀ ਭਾਈ ਅਤੇ ਕਿਸਾਨ ਨੂੰ ਫਾਇਦਾ ਹੁੰਦਾ ਸੀ ਪਿਆ, ਅਤੇ ਕੰਮ ਇਹ ਵੀ ਗਲਤ ਹੈ ਕਿ ਹੁਣ ਜਿਹੜਾ 2800 2900। ਅਸਲ 'ਚ ਕੰਮ ਗਲਤ ਕਿਉਂ ਹੈ ਕਿ ਹਕੂਮਤ ਦੀ ਨਾਕਸ ਪਾਲਿਸੀਆਂ ਦੀ ਵਜ੍ਹਾ ਤੋਂ ਵੀ ਗੱਲ ਹੈ ਵੇ ਕਿ ਅਗਰ ਗੌਰਮੈਂਟ ਨੇ ਖਰੀਦ ਜੋ ਲਈ ਹੈ ਪਹਿਲਾਂ ਕਰਾਂ, ਤਾਂ ਗੌਰਮੈਂਟ ਨੂੰ ਚਾਹੀਦਾ ਹੈ ਕਿ ਹੁਣ ਇਸ ਵਕਤ ਤੁਸੀਂ ਦੇਖਿਆ ਹੋਏਗਾ ਕਿ ਭਾਰਤ ਦਾ ਜਿਹੜਾ ਸੂਬਾਈ ਜਿਹੜਾ ਉਹਨਾਂ ਦਾ ਜਾਂ ਵਫਾਕੀ ਵਜ਼ੀਰ ਹੈ ਉਹ ਅਫਗਾਨਿਸਤਾਨ ਦਾ ਦੌਰਾ ਪਿਆ ਕਰਦਾ, ਅਫਗਾਨਿਸਤਾਨ ਨੂੰ ਤਾਂ ਕਣਕ ਚਾਹੀਦੀ ਹੈ, ਅਤੇ ਅਫਗਾਨਿਸਤਾਨ ਨੂੰ ਭਾਰਤ ਨੇੜੇ ਪੈਂਦਾ ਹੈ ਕਿ ਪੰਜਾਬ ਪਾਕਿਸਤਾਨ ਨੇੜੇ ਪੈਂਦਾ, ਇਹਨਾਂ ਨੂੰ ਚਾਹੀਦਾ ਸੀ ਉਹਨਾਂ ਤੋਂ ਪਹਿਲਾਂ ਇਕਦਾਮਾਤ ਕਰਦੇ ਅਤੇ ਇਹ ਜਾ ਕੇ ਉੱਥੇ ਕਣਕ ਸੱਟਦੇ ਜਿਹੜੀ ਇਹਨਾਂ ਨੇ ਬਾਹਰੋਂ ਖਰੀਦੀ ਸੀ ਜਾਂ ਇੱਥੋਂ ਵਾਲੀ ਖਰੀਦ ਕੇ ਇਹ ਉੱਥੇ ਸੱਟ ਦਿੰਦੇ, ਇਹ ਜਿਹੜੀ ਮੌਜੂਦਾ ਸੂਰਤ ਹਾਲ ਹੈ ਇਹ ਪੈਦਾ ਨਾ ਹੁੰਦੀ। ਇਸ ਤਰ੍ਹਾਂ ਦੇ ਹੋਰ, ਚਲੋ ਸਾਡੀ ਤਾਂ ਅਕਲ ਇੰਨੀ ਕਿ ਜੋ ਸਾਨੂੰ ਬਜ਼ਾਰ ਨਜ਼ਰ ਆਉਂਦਾ ਉਹਦੇ ਮੁਤਾਬਕ ਅਸੀਂ ਗੱਲ ਪਿਆ ਕਰਦੇ ਹਾਂ, ਲੇਕਿਨ ਗੌਰਮੈਂਟ ਦੇ ਮਸ਼ੀਰਾਂ ਵਜ਼ੀਰਾਂ ਕੋਲ ਤਾਂ ਨਾਲੋਂ ਢੇਰ ਚੰਗੇ ਮਸ਼ਵਰੇ, ਉਹ ਅਗਰ ਇਸ ਤਰ੍ਹਾਂ ਦਾ ਕੋਈ ਇਕਦਾਮ ਕਰਦੇ ਤਾਂ ਕਿਸਾਨ ਵੀ ਰਾਜ਼ੀ ਹੋਣਾ ਸੀ ਅਤੇ ਆਵਾਮ ਵੀ ਰਾਜ਼ੀ ਹੋ ਜਾਣੀ ਸੀ। ਹੁਣ ਇਸ ਟਾਈਮ ਕਿਸਾਨ ਵੀ ਪਿੱਟਦਾ ਪਿਆ ਅਤੇ ਆਵਾਮ ਵੀ ਪਿੱਟਦੀ ਹੈ ਪਈ। ਵਜ੍ਹਾ ਕੀ ਹੈ ਕਿ ਹਕੂਮਤ ਦੀ ਨਾਕਸ ਪਾਲਿਸੀਆਂ ਅਤੇ ਹਕੂਮਤ ਦੇ ਜਿਹੜੇ ਜਿੰਨੇ ਵੀ ਉਮੀਦਵਾਰਾਂ ਨੇ ਜਾਂ ਜਿੰਨੇ ਵੀ ਉਹਨਾਂ ਦੇ ਸਪੋਰਟਰ ਵੋਟਰ ਨੇ ਉਹਨਾਂ ਕੋਲ ਲੱਖ ਤਵੀਲਾਂ, ਅਤੇ ਜਿਹੜੇ ਸਾਡੇ ਉਹਨਾਂ ਦੇ ਨਿਊਟਰਲ ਬੰਦੇ ਨੇ ਉਹ ਵਿਚਕਾਰ ਫਸੇ ਨੇ, ਉਹਨਾਂ ਨੂੰ ਤਾਂ ਹੁਣ ਵੀ ਮਹਿੰਗੀ ਲੱਭਦੀ ਹੈ ਬਈ, 4000 ਨੂੰ ਮੰਡੀ 'ਚੋਂ ਕਣਕ ਲੱਭਦੀ ਹੈ ਬਈ। ਤੁਸੀਂ ਦੇਖ ਲਓ ਪਿਛਲਾ ਅਗਰ ਵਿਲਾਗ ਮੇਰਾ ਜਿਹੜਾ ਮੰਡੀ ਗੁਜਰਾਂਵਾਲਾ ਮੰਡੀ ਦੇ ਨਾਂ ਤੋਂ, ਗੱਲਾਂ ਮੰਡੀ ਗੁਜਰਾਂਵਾਲਾ ਦੇ ਨਾਂ ਤੋਂ ਮੈਂ ਬਣਾਇਆ, ਉਹਦੇ 'ਚ
ਗੰਦਮ ਦਾ ਰੇਟ 2024 ਉਹਦੇ ਵਿੱਚ ਤੁਸੀਂ ਜਾ ਕੇ ਵੇਖੋ ਆਵਾਮ ਨੂੰ ਜਿਹੜੀ ਚੰਗੀ ਕਰਾਂ ਕੋਈ 4000 ਨੂੰ ਮੰਡੀ ਚੋਂ ਮਿਲਦੀ ਹੈ ਬਈ, ਮੰਡੀ ਚੋਂ ਉਹਨੇ ਆਪਣੇ ਘਰ ਵੀ ਲੈ ਕੇ ਜਾਣਾ ਕੋਈ 200 ਉਹਦੇ ਤੇ ਮਨ ਪਿੱਛੇ, ਫਿਰ ਉਹਦੀ ਲਾਗਤ ਆਈ ਜਾਣੀ ਤੇ ਉਹਨੂੰ ਤਾਂ 4200 ਹੈ ਵੀ 4200 ਮਿਲਦੀ ਹੈ ਬਈ, ਉਹਨੂੰ ਤਾਂ 3000 ਨੀ ਲੱਭਦੀ ਬਈ, ਉਹ ਆਪਣੀ ਜਗ੍ਹਾ ਰੋਂਦਾ ਪਿਆ ਤੇ ਜਿਹੜਾ ਕਿਸਾਨ ਲਾਣ ਵਾਲਾ ਉਹ ਆਪਣੀ ਜਗ੍ਹਾ ਰੋਂਦਾ ਪਿਆ। ਵਜ੍ਹਾ ਕੀ ਹੈ ਕਿ ਹਕੂਮਤ ਦੀ ਨਾਕਿਸ ਪਾਲਿਸੀਆਂ, ਗੌਰਮੈਂਟ ਨੂੰ ਚਾਹੀਦਾ ਕੋਈ ਐਸੀ ਪਾਲਿਸੀਆਂ ਬਣਾਉਣ ਕਿ ਜਿਹੜੀਆਂ ਕਿਸਾਨ ਦੋਸਤ ਵੀ ਹੋਣ ਤੇ ਆਵਾਮ ਦੋਸਤ ਵੀ ਹੋਣ, ਦੋਵੇਂ ਘਰ ਰਾਜ਼ੀ ਹੋਣ। ਨਵੇਂ ਵਿਲਾਗ ਸੀ, ਨਈ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ, ਰੱਬ ਰਾਖੀ।